ਇਹ ਸ਼ਾਨਦਾਰ ਮਾਡਲ ਬਣਾਉਣ ਲਈ ਤੁਹਾਨੂੰ ਇੱਕ ਕਾਗਜ਼ ਦੇ ਗਲਾਸ, ਸਾਈਕਲ ਦੀ ਤਾਰ, ਕੈਂਚੀ ਅਤੇ ਕੁਝ ਰਿੰਗ ਮੈਗਨੇਟਸ ਦੀ ਲੋੜ ਪਏਗੀ। ਗਲਾਸ ਦਾ ਇੱਕ ਚੌਥਾ ਹਿੱਸਾ ਕੱਟ ਕੇ ਉਸ ਨੂੰ ਰੰਗ ਬਿਰੰਗੇ ਟੇਪ ਦੇ ਨਾਲ ਸਜਾ ਲਓ। ਗਲਾਸ ਦੇ ਤਲੇ 'ਤੇ 1 ਸੈਂਟੀਮੀਟਰ ਡਾਇਮੀਟਰ ਦੀ ਮੋਰੀ ਬਣਾਓ। ਹੁਣ ਦੂਜਾ ਗਲਾਸ ਲਓ ਅਤੇ ਉਸ ਨੂੰ ਅੱਧਾ ਕੱਟੋ ਅਤੇ ਤੀਜਾ ਗਲਾਸ ਲਓ ਅਤੇ ਉਸ ਦਾ ਤਲੜਾ ਹਿੱਸਾ ਹੀ ਯੂਜ਼ ਕਰੋ। ਦੋਵਾਂ ਨੂੰ ਵੀ ਰੰਗ ਬਿਰੰਗੀ ਟੇਪ ਦੇ ਨਾਲ ਸਜਾ ਲਓ। ਦੋਵਾਂ ਦੇ ਥੱਲੜੇ ਹਿੱਸੇ 'ਤੇ 1 ਸੈਂਟੀਮੀਟਰ ਦੀ ਮੋਰੀ ਕਰੋ। ਹੁਣ ਦੋ ਰਿੰਗ ਮੈਗਨੇਟਸ ਲਓ ਅਤੇ ਉਸ ਨੂੰ ਸਾਈਕਲ ਦੀ ਤਾਰ ਵਿੱਚ ਪਾਓ, ਜਿਸ ਨਾਲ ਉਹ ਤਾਰ ਨਾਲ ਚਿਪਕ ਜਾਊਗੀ। ਹੁਣ ਤਾਰ ਨੂੰ ਸਿੱਧਾ ਖੜਾ ਕਰੋ ਅਤੇ ਰਿੰਗ ਮੈਗਨੇਟ ਨੂੰ ਹਲਕਾ ਜਿਹਾ ਘੁਮਾਓ। ਮੈਗਨੇਟਸ ਆਪਣੇ ਆਪ ਹੀ ਘੁੰਮਦੀ ਘੁੰਮਦੀ ਥੱਲੇ ਨੂੰ ਆਊਗੀ। ਹੁਣ ਤੀਸਰੇ ਗਲਾਸ ਦੇ ਤਲੇ 'ਤੇ ਉੱਤੇ ਥੱਲੇ ਇੱਕ ਇੱਕ ਰਿੰਗ ਮੈਗਨੇਟ ਚਿਪਕਾ ਦਿਓ। ਹੁਣ ਇਸ ਗਲਾਸ ਨੂੰ ਸਾਈਕਲ ਦੀ ਤਾਰ ਉੱਤੇ ਰੱਖੋ ਅਤੇ ਉਸ ਨੂੰ ਹਲਕਾ ਜਿਹਾ ਘੁਮਾਓ। ਇਹ ਗਲਾਸ ਬਹੁਤ ਤੇਜ਼ੀ ਦੇ ਨਾਲ ਘੁੰਮਦਾ ਹੋਇਆ ਥੱਲੇ ਨੂੰ ਆਊਗਾ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ। ਹੁਣ ਦੂਸਰਾ ਗਲਾਸ ਲਓ ਅਤੇ ਉਸੇ ਤਰੀਕੇ ਨਾਲ ਸਾਈਕਲ ਦੀ ਤਾਰ ਉੱਤੋਂ ਥੱਲੇ ਨੂੰ ਛੱਡੋ, ਜਿਸ ਨਾਲ ਉਹ ਵੀ ਘੁੰਮਦਾ ਹੋਇਆ ਥੱਲੇ ਨੂੰ ਆਊਗਾ। ਹੁਣ ਪਹਿਲੇ ਗਲਾਸ ਨੂੰ ਉਸੇ ਤਰ੍ਹਾਂ ਸਾਈਕਲ ਦੀ ਤਾਰ ਤੋਂ ਥੱਲੇ ਨੂੰ ਛੱਡੋ। ਇਹ ਗਲਾਸ ਬਹੁਤ ਹੌਲੀ ਹੌਲੀ ਘੁੰਮੂਗਾ ਅਤੇ ਥੱਲੇ ਵੀ ਹੌਲੀ ਹੌਲੀ ਹੀ ਆਊਗਾ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ। ਇਹ ਬਹੁਤ ਹੌਲੀ ਹੌਲੀ ਥੱਲੇ ਨੂੰ ਆ ਰਿਹਾ ਹੈ।